ਗੋਲੀ ਵਾਲੀ ਕਾਰ ਦੇ ਵਿੱਚ ਬੈਠ ਕੇ ਹੀ ਡਰਾਈਵਰ ਦੇ ਗੱਲਾਂ ਗੋਲੀਆਂ ਚਲੀਆਂ ਗਈਆਂ ਅਤੇ ਪਤਾ ਲੱਗਿਆ ਕਿ ਇਸ ਦੇ ਵਿੱਚ ਡਰਾਈਵਰ ਨੂੰ ਇਹ ਗੋਲੀ ਵੀ ਲੱਗ ਗਈ। ਇਸ ਤੋਂ ਬਾਅਦ ਉਸਦਾ ਪਰਿਵਾਰ ਰੋਂਦਾ ਘੁਲਾਉਂਦਾ ਹਸਪਤਾਲ ਪਹੁੰਚਿਆ ਅਤੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਇੱਕ ਤੋਂ ਬਾਅਦ ਦੂਜੇ ਹਸਪਤਾਲ ਡਰਾਈਵਰ ਨੂੰ ਰੈਫਰ ਕੀਤਾ ਜਾ ਰਿਹਾ। ਬਾਘਾ ਪੁਰਾਣਾ ਹਾਈਵੇ ਦੇ ਉੱਪਰ ਡੋਲੀ ਵਾਲੀ ਕਾਰ ਦੇ ਵਿੱਚ ਇਹ ਸਾਰੀ ਘਟਨਾ ਘਟੀ, ਜਿੱਥੇ ਅਣਪਛਾਤੇ ਕਾਰ ਸਵਾਰਾਂ ਦੇ ਵੱਲੋਂ ਡੋਲੀ ਵਾਲੀ ਕਾਰ ਦੇ ਵਿੱਚ ਬੈਠ ਕੇ ਹੀ ਡਰਾਈਵਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸ ਦਈਏ ਕਿ ਇਹਨਾਂ ਕਾਰ ਸਵਾਰਾਂ ਦੇ ਵੱਲੋਂ ਹੀ ਪਹਿਲਾਂ ਕਿਹਾ ਗਿਆ ਸੀ ਕਿ ਅਸੀਂ ਕਾਰ ਬੁੱਕ ਕਰਨੀ ਹੈ, ਵਿਆਹ ਦੇ ਲਈ ਗੱਡੀ ਨੂੰ ਬੁੱਕ ਕੀਤਾ ਗਿਆ ਅਤੇ ਫੁੱਲਾਂ ਦੇ ਨਾਲ ਸਜਾ ਕੇ ਜਿਸ ਸਮੇਂ ਉਸਨੂੰ ਲਿਜਾਇਆ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਹੀ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਦੇ ਵਿੱਚ ਕਾਰ ਦਾ ਡਰਾਈਵਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਕਿ ਹੁਣ DMC ਹਸਪਤਾਲ ਲੁਧਿਆਣਾ ਦੇ ਵਿੱਚ ਭਰਤੀ ਕਰਵਾਇਆ ਜਾ ਚੁੱਕਿਆ। ਦੋ ਵਿਅਕਤੀਆਂ ਦੇ ਵੱਲੋਂ ਇਹ ਕਾਰ ਬੁੱਕ ਕਰਵਾਈ ਗਈ ਸੀ। ਦੱਸ ਦਈਏ ਕਿ ਡੋਲੀ ਵਾਲੀ ਕਾਰ ਬੁੱਕ ਕਰਵਾਉਣ ਤੋਂ ਬਾਅਦ ਡਰਾਈਵਰ ਜਦੋਂ ਸ਼ੁੱਕਰਵਾਰ ਸਵੇਰੇ 10 ਵਜੇ ਦੇ ਕਰੀਬ ਕਾਰ ਲੈ ਕੇ ਮੋਗਾ ਦੇ ਬਾਘਾ ਪੁਰਾਣਾ ਹਾਈਵੇ ਦੇ ਉੱਪਰੋਂ ਜਾ ਰਿਹਾ ਸੀ ਤਾਂ ਦੋ ਕਾਰ ਸਵਾਰ ਵਿਅਕਤੀਆਂ ਦੇ ਵੱਲੋਂ ਉਸਨੂੰ ਰੋਕਿਆ ਗਿਆ। ਕਾਰ ਡਰਾਈਵਰ ਦੇ ਵੱਲੋਂ ਕਾਰ ਰੋਕੇ ਜਾਣ 'ਤੇ ਤਕਰਾਰ ਹੋਣ ਦੀ ਗੱਲ ਆਖੀ ਜਾ ਰਹੀ ਹੈ। ਫਿਲਹਾਲ ਇਹ ਪੂਰਾ ਮਾਮਲਾ ਜਾਂਚ ਪੜਤਾਲ ਦਾ ਬਣਿਆ ਹੋਇਆ। ਅਣਪਛਾਤੇ ਵਿਅਕਤੀਆਂ ਦੇ ਵੱਲੋਂ ਕਾਰ ਦੇ ਡਰਾਈਵਰ ਨੂੰ ਖਤਮ ਕਰਨ ਦੀ ਇਹ ਕੋਸ਼ਿਸ਼ ਸੀ। ਫਿਲਹਾਲ ਹਾਲਾਤ ਬੇਹੱਦ ਹੀ ਗੰਭੀਰ ਬਣੇ ਹੋਏ ਨੇ। ਹਮਲਾਵਰਾਂ ਦੇ ਵੱਲੋਂ ਜ਼ਖਮੀ ਕੀਤੇ ਗਏ ਕਾਰ ਡਰਾਈਵਰ ਨੂੰ ਰੋਡ ਦੇ ਉੱਤੇ ਜਾ ਰਹੇ ਰਾਹਗੀਰਾਂ ਦੇ ਵੱਲੋਂ ਜਦੋਂ ਦੇਖਿਆ ਗਿਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਸਨੂੰ DMC ਲੁਧਿਆਣਾ ਹੁਣ ਰੈਫਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਅਤੇ ਹੁਣ ਪੂਰੇ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਪਰ ਬੇਹੱਦ ਹੀ ਗੰਭੀਰ ਮਾਮਲਾ, ਜਿੱਥੇ ਬਰਾਤੀਆਂ ਦੇ ਵੱਲੋਂ ਹੀ, ਬਰਾਤੀ ਬਣ ਕੇ ਆਏ ਇਹਨਾਂ ਨੌਜਵਾਨਾਂ ਦੇ ਵੱਲੋਂ ਹੀ ਕਾਰ ਨੂੰ ਬੁੱਕ ਕੀਤਾ ਜਾਂਦਾ ਅਤੇ ਫੁੱਲਾਂ ਵਾਲੀ ਗੱਡੀ ਦੇ ਵਿੱਚ ਬੈਠ ਕੇ ਹੀ ਡਰਾਈਵਰ ਨੂੰ ਖਤਮ ਕਰਨ ਦੀ ਇਹ ਕੋਸ਼ਿਸ਼। ਆਖਿਰਕਾਰ ਕੀ ਇਹ ਪੂਰਾ ਮਾਮਲਾ? ਇਸ ਸੰਬੰਧੀ ਮੌਕੇ 'ਤੇ ਮੌਜੂਦ ਲੋਕ ਅਤੇ ਪੁਲਿਸ ਦੀ ਛਾਣਬੀਣ ਜਾਰੀ ਹੈ, ਪਰ ਉਹਨਾਂ ਦੇ ਵੱਲੋਂ ਹੁਣ ਤੱਕ ਕੀ ਕੁਛ ਬਿਆਨ ਕੀਤਾ ਗਿਆ ਸੁਣਦੇ। ਮੇਰਾ ਸੋਵਿਤ ਕੁਮਾਰ ਜੀ, ਅੱਜ ਤੁਸੀਂ ਸਿਵਲ ਹਸਪੀਟਲ ਮੋਗਾ ਪਹੁੰਚੋ ਕੀ? ਹਾਂਜੀ, ਬੜਾ ਦਾ ਦੋਸਤ ਸੀ ਆਪਣਾ, ਤਾਂ ਫੋਨ ਆਇਆ ਮੇਰੇ, ਕਹਿੰਦਾ ਗੋਲੀ ਲੱਗ ਗਈ ਜੀ, ਮੈਂ ਜਲਦੀ ਆ ਜਾਓ, ਕਹਿੰਦਾ ਸਿੰਘਾਂ ਵਾਲੇ ਕੋਲ ਜੀ। ਸਿੰਘਾਂ ਵਾਲੇ ਦੇ ਕੋਲ ਲੱਗੀ ਆ, ਅਸੀਂ ਤਾਂ ਰਸਤੇ ਜਾਂਦੇ ਪਏ ਸੀਗੇ ਅਤੇ ਇਹ ਗੱਡੀ ਚਲਾਉਂਦੇ ਜੀ, ਇਹ ਕੋਈ ਬਰਾਤ ਦੀ ਗੱਡੀ ਬੁੱਕ ਸੀ ਅੱਜ ਜੀ। ਹਾਂਜੀ ਹਾਂਜੀ, ਹਾਂਜੀ ਹਾਂਜੀ, ਉਦੋਂ ਬਾਅਦ ਸਾਨੂੰ ਫੋਨ ਆਇਆ, ਕਹਿੰਦਾ ਜਲਦੀ ਆ ਜਾਓ, ਮੇਰੇ ਗੋਲੀ ਲੱਗ ਗਈ ਕਹਿੰਦਾ, ਅਤੇ ਅਸੀਂ ਪਾਵਰ ਪਲੇਟ ਕੋਲ ਪਹੁੰਚੇ ਸੀਗੇ ਅਤੇ ਗੱਡੀ ਸਾਨੂੰ ਨਾਲ ਹੀ ਅਸੀਂ ਵਾਪਸ ਆ ਗਏ ਵੀ ਇੱਦਾਂ, ਕਹਿੰਦੇ ਦੋ ਕਹਿੰਦੇ ਡਾਕਟਰ ਸਾਹਿਬ ਲੱਗੀ ਆ, ਇੱਕ ਤਾਂ ਇੱਥੇ ਕਹਿੰਦੇ, ਇੱਕ ਨਹੀਂ ਆਪਾਂ ਨੂੰ ਪਤਾ ਕਿੱਥੇ ਲੱਗੀ ਆ। ਹਾਲਤ ਉਹ ਤਾਂ ਕਹਿੰਦੇ ਠੀਕ ਹੈ ਜੀ, ਬਾਕੀ ਹੁਣ DMC ਕਹਿੰਦੇ ਰੈਫਰ ਕਰਤਾ। ਹਾਂਜੀ ਹਾਂਜੀ, ਇਹ ਹੁਣੇ ਹੁਣੇ ਪਤਾ ਲੱਗਿਆ ਸੀਗਾ ਵੀ ਗੁਰਪ੍ਰੀਤ ਸਿੰਘ ਇੱਕ ਫਾਇਰ ਬ੍ਰਿਗੇਡ ਦਾ ਕਰਮਚਾਰੀ ਹੈ, ਤਾਂ ਉਹ ਸਿੰਘਾਂ ਵਾਲੀ ਸਾਈਡ ਜਾ ਰਿਹਾ ਡਿਊਟੀ ਆਪਦੀ ਆਫ ਕਰਕੇ, ਉਹ ਰਸਤੇ 'ਚ ਕੀ ਦੇਖਦਾ ਵੀ ਇੱਕ ਬੰਦੇ 'ਤੇ ਫਾਇਰ ਲੱਗਿਆ ਹੁੰਦਾ, ਉਹਦਾ ਨਾਂ ਨਵਦੀਪ ਸਿੰਘ, ਸਾਨੂੰ ਮਨਜੀਤ ਸਿੰਘ ਪੁਰਾਣਾ ਮੋਗਾ, ਅਤੇ ਉਹਨੂੰ ਲੈ ਕੇ ਉਹਨੇ ਐਡਮਿਟ ਕਰਾਇਆ ਜੀ। ਫਾਇਰ ਇਹ ਤਾਂ ਡਾਕਟਰ ਸਾਹਿਬ ਦੱਸਣਗੇ ਕਿੰਨੇ ਆ ਜੀ, ਵੈਸੇ ਸੀਰੀਅਸ ਉਹਨੂੰ ਰੈਫਰ ਕਰਤਾ ਡਾਕਟਰ ਸਾਹਿਬ ਨੇ। ਉਹਦੇ ਵੱਲੋਂ ਕੋਈ ਦੱਸਿਆ ਗਿਆ ਪੀੜਤ ਵੱਲੋਂ? ਹਾਂ, ਉਹਨੇ ਇਹ ਦੱਸਿਆ ਮੈਨੂੰ ਵੀ ਦੋ ਬੰਦਿਆਂ ਨੇ ਮੇਰੇ ਨਾਲ ਬੈਠ ਕੇ ਮੈਨੂੰ ਪਹਿਲਾਂ ਗੱਡੀ ਬੁੱਕ ਕੀਤੀ ਸੀ 2-3 ਦਿਨ ਪਹਿਲਾਂ, ਅਤੇ ਵੀ ਆਪਾਂ ਬਰਾਤ ਜਾਣਾ, ਅਸੀਂ ਕਹਿੰਦਾ ਉੱਧਰੋਂ ਗੱਡੀ 3 ਨੰਬਰ ਚੁੰਗੀ ਦੀ ਸਾਈਡ ਕੋਲੋਂ ਤਿਆਰ ਕਰਾ ਕੇ ਸਿੰਘਾਂ ਨੂੰ ਲੈ ਕੇ ਮੈਨੂੰ ਚੱਲ ਪਏ ਸੀ। ਜਦੋਂ ਅਸੀਂ ਚੱਲੇ ਅਤੇ ਅੱਗੇ ਜਾ ਕੇ ਸਿੰਘਾਂ ਵਾਲੇ ਉਰਲੇ ਪਾਸੇ, ਕਹਿੰਦਾ ਉਹਨਾਂ ਨੇ ਮੇਰੇ ਫਾਇਰ ਮਾਰੇ। ਕੰਮ ਡਰਾਈਵਰੀ ਕਰਦਾ। ਹਜੇ ਨਹੀਂ ਪਤਾ, ਇਹਨਾਂ ਨੇ ਦੱਸਿਆ। ਇਹ ਨਹੀਂ ਪਤਾ ਲੱਗਿਆ, ਲੱਗ ਜਾਂਦਾ ਪਤਾ।
ਉਹਨੂੰ ਫਸਟ ਏਡ ਦਿੱਤੀ ਹੈ ਅਤੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ, ਅੱਗੇ ਜੋ ਜੋ ਹੋਇਆ ਉੱਤੇ ਆ ਜਾਣਾ ਸਾਹਮਣੇ।